ਸ਼ਹੀਦੀ ਸਭਾ ਨੂੰ ਲੈ ਕੇ ਸੈਂਕੜਿਆਂ ਦੀ ਗਿਣਤੀ ਵਿਚ ਵੱਖ ਵੱਖ ਜਥੇਬੰਦੀਆਂ ਪਿੰਡਾਂ ਦੇ ਵਾਸੀਆਂ ਵੱਲੋਂ ਲੰਗਰ ਲਗਾਏ ਗਏ ਸੀ, ਜਿਨ੍ਹਾਂ ਤੋਂ ਬਾਅਦ ਸੜਕਾਂ ਦੇ ਆਲੇ ਦੁਆਲੇ ਝੂਠੀ ਪਲੇਟਾਂ, ਗਲਾਸ, ਡਿਸਪੋਜ਼ਲ ਸਮਾਨ ਖਿਲਰਿਆ ਪਿਆ ਸੀ, ਜਿਸ ਦੀ ਸਫਾਈ ਨੂੰ ਲੈ ਕੇ ਯੂਥ ਅਕਾਲੀ ਦਲ ਤੇ ਆਮ ਸਮਾਜ ਸੇਵੀ ਅੱਗੇ ਆਏ ਨੇ। ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਨਿਰਦੇਸ਼ਾਂ ਅਨੁਸਾਰ ਮਾਲਵਾ ਜ਼ੋਨ 3 ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਉੱਗੇ ਸਮਾਜ ਸੇਵੀ ਤੇਜਵੀਰ ਸਿੰਘ ਤੇਜੀ ਤੇ ਹੋਰਨਾਂ ਸੈਂਕੜੇ ਵਲੰਟੀਅਰ ਵੱਲੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਤੱਕ ਸਫਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਤੇਜਵੀਰ ਸਿੰਘ ਤੇਜੀ ਤੇ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਇਹ ਮੁਹਿੰਮ ਉਹ ਭਵਿੱਖ ਵਿਚ ਵੀ ਸ਼ਹੀਦੀ ਸਭਾ ਤੋਂ ਬਾਅਦ ਚਲਾਇਆ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮੁਹਿੰਮ ਤਹਿਤ ਝਾੜੂ ਲਗਾਉਣ ਵਿਚ ਕੋਈ ਸ਼ਰਮ ਨਹੀਂ, ਸਗੋਂ ਮਾਣ ਮਹਿਸੂਸ ਹੋ ਰਿਹਾ ਕਿ ਉਹ ਇਸ ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ਨੂੰ ਸਾਫ ਸੁਥਰਾ ਬਣਾਈ ਰੱਖਣ ਵਿਚ ਯੋਗਦਾਨ ਪਾ ਰਹੇ ਨੇ। ਧੰਤਰ ਬਾਬਾ ਜ਼ੋਰਾਵਰ ਸਿੰਘ ਜੀ, ਧੰਤਰ ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ ਦੀ ਜੋ ਲਸਾਨੀ ਸ਼ਹਾਦਤ ਹੋਈ ਹੈ ਉਰੇ, ਉਸ ਜੋੜ ਮੇਲ ਦੇ ਵਿੱਚ ਸੋਗਮਈ ਸਮਾਗਮ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਨਤਮਸਤਕ ਹੋਣ ਵਾਸਤੇ ਆਉਂਦੀਆਂ ਨੇ ਅਤੇ ਅੱਜ ਤੱਕ ਸਭਾ ਦੀ ਸਮਾਪਤੀ ਹੋ ਗਈ ਆ ਅਤੇ ਲੋੜ ਸੀ ਸ਼ਹਿਰ ਦੇ ਵਿੱਚ ਸਫਾਈ ਕਰਨ ਦੀ। ਅਸੀਂ ਯੂਥ ਅਕਾਲੀ ਦਲ ਦੇ ਵੱਲੋਂ ਸਾਰੀ ਸੰਗਤ ਦੇ ਰੂਪ 'ਚ ਸਾਰੇ ਸ਼ਹਿਰ ਦੇ ਵਿੱਚ ਲੰਗਰ ਲੱਗੇ ਸੀ, ਗੁਰੂ ਘਰ ਦੇ ਵਿੱਚੋਂ, ਪਾਰਕਿੰਗਾਂ ਦੇ ਵਿੱਚੋਂ, ਸੜਕਾਂ ਦੇ ਵਿੱਚੋਂ ਸਫਾਈ ਕਰ ਰਹੇ ਹਾਂ ਅਤੇ ਮੈਂ ਸਮਝਦਾ ਕਿ ਇਹ ਸਫਾਈ ਸਫਾਈ ਦੀ ਭਾਵਨਾ ਹਰ ਇੱਕ 'ਚ ਹੋਣੀ ਚਾਹੀਦੀ ਆ ਕਿਉਂਕਿ ਇੱਥੇ ਲੱਖਾਂ ਦੁਨੀਆ ਸ਼ਰਧਾ ਨਾਲ ਆਉਂਦੀ ਆ ਅਤੇ ਬਾਅਦ ਦੇ ਵਿੱਚ ਸਫਾਈ ਕਰਨੀ ਬਹੁਤ ਜ਼ਰੂਰੀ ਸੀ। ਸੋ ਅਸੀਂ ਸਾਰਿਆਂ ਨੇ ਰਲ ਮਿਲ ਕੇ ਫੈਸਲਾ ਕੀਤਾ ਕਿ ਇੱਥੇ ਇੱਕ ਸੰਗਤ ਦੇ ਰੂਪ 'ਚ, ਸੇਵਾਦਾਰ ਦੇ ਰੂਪ 'ਚ, ਨਿਮਾਣੇ ਸਿੱਖ ਦੇ ਰੂਪ 'ਚ ਆ ਕੇ ਸੇਵਾ ਕਰੀਏ। ਸੋ ਅਸੀਂ ਉਹ ਸੇਵਾ ਕਰਨ ਵਾਸਤੇ ਆਏ ਹਾਂ ਅਤੇ ਮੈਂ ਦੇਖਿਆ ਕਿ ਬਹੁਤ ਦੂਰੋਂ ਦੂਰੋਂ ਸਾਡੇ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ, ਮੈਂਬਰ SGPC ਸਾਹਿਬਾਨ, ਯੂਥ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਸਾਹਿਬਾਨ, ਕੋਰ ਕਮੇਟੀ ਮੈਂਬਰ, IT ਵਿੰਗ ਦੇ ਮੈਂਬਰ, ਉਹ ਸਾਰੇ ਸਾਡੇ ਕਾਲਜਾਂ ਦੇ ਵਿੱਚੋਂ ਨੌਜਵਾਨ ਬੜੀ ਸ਼ਰਧਾ ਸਤਿਕਾਰ ਦੇ ਨਾਲ ਉਹਦੇ ਸੇਵਾ ਕਰਨ ਵਾਸਤੇ ਆਏ ਨੇ। ਸੋ ਮੈਂ ਆਪਣੇ ਵੱਲੋਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਉਰੇ ਆ ਕੇ ਸੰਗਤ ਦੇ ਰੂਪ 'ਚ ਸੇਵਾ ਕੀਤੀ ਆ, ਕਿਉਂਕਿ ਯੂਥ ਅਕਾਲੀ ਦਲ ਵੱਲੋਂ ਸਮੇਂ ਸਮੇਂ 'ਤੇ ਸੇਵਾ ਚੱਲਦੀ ਰਹਿੰਦੀ ਆ। ਕਿਤੇ ਦਸਤਾਰਬੰਦੀ ਦੇ ਮੁਕਾਬਲੇ, ਕਿਤੇ ਦਸਤਾਰ ਸਿਖਾਉਣ ਦੇ ਕੈਂਪ ਲਾਉਣੇ, ਖੂਨਦਾਨ ਦੇ ਕੈਂਪ ਲਾਉਣੇ, ਇਹ ਉਪਰਾਲੇ ਅਸੀਂ ਕਰਦੇ ਰਹਾਂਗੇ। ਸੋ ਮੈਂ ਆਪਣੇ ਵੱਲੋਂ ਸਮੁੱਚੇ ਯੂਥ ਅਕਾਲੀ ਦਲ ਦੇ ਵੱਲੋਂ ਆਈਆਂ ਸਾਰੀਆਂ ਸੇਵਾ ਦੇ ਰੂਪ ਸੰਗਤਾਂ ਦਾ ਧੰਨਵਾਦ ਕਰਨਾ ਚਾਹੁੰਦਾ ਅਤੇ ਪਰਮਾਤਮਾ ਕਰੇ ਸਾਡੇ ਪੰਜਾਬ 'ਚ ਖੁਸ਼ਹਾਲੀ ਬਣੀ ਰਹੇ, ਚੜ੍ਹਦੀ ਕਲਾ ਰਹੇ, ਪਾਰਟੀ ਦੀ ਚੜ੍ਹਦੀ ਕਲਾ ਰਹੇ। ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਇੱਕ ਵਾਰ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ ਨੂੰ ਸ਼ਰਧਾ ਸਤਿਕਾਰ ਭੇਟ ਕਰਦਾ ਹੋਇਆ ਫਤਿਹ ਸਾਂਝੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਯੂਥ ਅਕਾਲੀ ਦਲ ਦੀ ਮੁਹਿੰਮ ਸ਼ੁਰੂ ਹੋਈ ਹੈ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਦੇ ਵਿੱਚ ਫਤਿਹਗੜ੍ਹ ਸਾਹਿਬ ਵਿਖੇ। ਉਹਨਾਂ ਨੇ ਜਿੱਦਾਂ ਇੱਥੇ ਸ਼ਹੀਦੀ ਜੋੜ ਮੇਲ ਹੁੰਦਾ ਹਰ ਇੱਕ ਸਾਲ, ਧੰਨ ਧੰਨ ਮਾਤਾ ਗੁਜਰੀ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ। ਸੋ ਉਹ ਜਿਹੜੀ ਇੱਥੇ ਜਿਹੜੀ ਸੰਗਤ ਆਉਂਦੀ ਹੈ, ਲੰਗਰ ਲੱਗਦੇ ਨੇ, ਉਸ ਤੋਂ ਬਾਅਦ ਜਿਹੜਾ ਖਲਾਰਾ ਬਹੁਤ ਪੈ ਜਾਂਦਾ ਸੀ ਕੂੜੇ ਕਰਕਟ ਦਾ। ਸੋ ਇਹ ਬੜਾ ਵਧੀਆ ਯੂਥ ਅਕਾਲੀ ਦਲ ਦਾ ਉਪਰਾਲਾ ਕਿ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੇਨ ਤੋਂ ਲੈ ਕੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਤੱਕ ਜਿੰਨਾ ਵੀ ਸੜਕ ਦੇ ਉੱਤੇ ਆਲੇ ਦੁਆਲੇ ਲੰਗਰ ਜਿਹੜੇ ਲੱਗਦੇ ਨੇ, ਉਹ ਲੰਗਰ ਲੱਗਣ ਤੋਂ ਬਾਅਦ ਜਿਹੜਾ ਉੱਥੇ ਜਿਹੜੀ ਹੈ ਮਤਲਬ ਖਲਾਰਾ ਪਿਆ ਹੋਇਆ ਸੀ, ਕੂੜਾ ਕਰਕਟ, ਕੋਈ ਪਲੇਟਾਂ, ਗਲਾਸ ਕਿਸੇ ਤਰ੍ਹਾਂ ਦੇ ਚੱਲ ਰਹੇ ਹੋ ਸੀ, ਉਹਨਾਂ ਨੂੰ ਯੂਥ ਅਕਾਲੀ ਦਲ ਦੇ ਵਰਕਰ ਸੈਂਕੜੇ ਤਾਦਾਦ ਵਿੱਚ ਇਕੱਠੇ ਹੋ ਕੇ ਅੱਜ ਆਏ ਨੇ ਇੱਥੇ, ਜਿਹੜੇ ਸਫਾਈ ਮੁਹਿੰਮ ਵਿੱਚ ਇਹਨਾਂ ਨੇ ਹਿੱਸਾ ਲਿਆ ਹੋਇਆ। ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ 'ਚ ਜਿਹੜਾ ਸ਼ਹੀਦੀ ਜੋੜ ਮੇਲ ਲੱਗਦਾ, ਉਹਦੇ ਉਪਰੰਤ ਜੋ ਵੀ ਸਫਾਈ ਦੀ ਮੁਹਿੰਮ ਚਲਾਈ ਜਾ ਰਹੀ ਹੈ ਯੂਥ ਅਕਾਲੀ ਦਲ ਵੱਲੋਂ, ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਅਸੀਂ ਸਾਰੇ ਜਣੇ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿੰਨੀ ਕੁ ਸਫਾਈ ਕਰ ਸਕੀਏ ਉੱਨੀ ਕੁ ਕਰ ਰਹੇ ਹਾਂ। ਪੂਰੀ ਕਰਨੀ ਤਾਂ ਬਹੁਤ ਮੁਸ਼ਕਲ ਹੈ, ਪਰ ਜਿੰਨੀ ਕੁ ਸਾਡੇ ਤੋਂ ਹੋ ਰਹੀ ਹੈ ਅਸੀਂ ਉੱਨੀ ਕੁ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ।